ਇਹ ਬਿਲਕੁਲ ਜਾਦੂਈ ਹੈ। ਇਸ ਲਈ ਤੁਹਾਨੂੰ ਖਾਲੀ ਮਾਚਿਸ ਦੀ ਡੱਬੀ, ਇੱਕ ਲੰਬੀ ਸੂਈ ਅਤੇ ਦੋ ਰੰਗਾਂ ਵਾਲੀ 60 ਸੈਂਟੀਮੀਟਰ ਲੰਬੀ ਉੱਨ ਚਾਹੀਦੀ ਹੈ। ਕਵਰ ਨੂੰ ਹਟਾਓ ਅਤੇ ਗੁਲਾਬੀ ਉੱਨ ਨੂੰ ਸੂਈ ਨਾਲ ਡਾਇਗਨਲੀ ਪਾ ਦਿਓ। ਇਸੇ ਤਰ੍ਹਾਂ ਦੂਜੇ ਡਾਇਗਨਲ ਵਿੱਚ ਵੀ ਪਾਓ। ਦੋਨੇ ਗੁਲਾਬੀ ਅਤੇ ਹਰੀ ਉੱਨ ਇੱਕ ਦੂਜੇ ਨੂੰ ਕੱਟਣਗੀਆਂ। ਉੱਨ ਦੇ ਦੋਨੋਂ ਪਾਸਿਆਂ 'ਤੇ ਗੰਢ ਮਾਰ ਦਿਓ। ਅਖੀਰ ਵਿੱਚ ਮਾਚਿਸ ਦੀ ਡੱਬੀ ਦੇ ਦੂਜੇ ਕਵਰ ਨੂੰ ਵੀ ਫਿੱਟ ਕਰ ਦਿਓ ਅਤੇ ਉੱਨ ਦੇ ਦੋਨੋਂ ਸਿਰਿਆਂ ਨੂੰ ਖਿੱਚ ਦਿਓ। ਫਿਰ ਆਪਣੇ ਦੋਸਤ ਨੂੰ ਮਾਚਿਸ ਦੀ ਡੱਬੀ ਨੂੰ ਖੱਬਿਓ ਸੱਜੇ ਖਿੱਚਣ ਲਈ ਕਹੋ। ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਉੱਨ ਦਾ ਰੰਗ ਆਪਣੇ ਆਪ ਬਦਲ ਗਿਆ ਹੈ। ਗੁਲਾਬੀ ਰੰਗ ਹਰਾ ਬਣ ਜਾਵੇਗਾ ਅਤੇ ਹਰਾ ਰੰਗ ਗੁਲਾਬੀ ਬਣ ਜਾਵੇਗਾ।